ਨਮਸਕਾਰ ਖਬਰਾਂ ਦੇ ਇਸ ਬਲੁੱਟਨ 'ਚ ਤੁਹਾਡਾ ਸਵਾਗਤ ਮੈਂ ਪਰਮਿੰਦਰ ਕੌਰ ਪਹਿਲਾਂ ਪੇਸ਼ ਨੇ ਝੁੰਨੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਨ ਯੋਜਨਾ ਦੀ ਸਫਲਤਾ 'ਚ ਯੋਗਦਾਨ ਦੇਹ ਵਾਲਿਆਂ ਦੀ ਕੀਤੀ ਸ਼ਲਾਗਾ ਖੇਤੀ 'ਚ ਟੈਕਨੋਲੋਜੀ ਤੇ ਕਿਫਾਇਤੀ ਡਿਜੀਟਲ ਸੇਵਾਵਾਂ ਮੰਦਰ ਲੇਵੇ ਨਾਲ ਆਇਆ ਵੱਡਾ ਬਦਲਾ ਪੰਜਾਬ ਸਰਕਾਰ ਵੱਲੋਂ ਮੰਡੀ ਗੁਬਨਗੜ ਵਿੱਚ GST ਦੀ ਚੋਰੀ ਦੇ ਮਾਮਲੇ 'ਚ 60 ਵਾਹਨ ਜ਼ਬਤ ਹਾਕੀ ਦੇ ਜਾਦੂਗਰ ਮੇਜਰ ਤੇਜਨੰਦ ਦੇ ਜਨਮ ਦਿਵਸ ਦੀ ਯਾਦ ਵਿੱਚ ਅੱਜ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਹੈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਤਨ ਯੋਜਨਾ ਦੇ 9 ਸਾਲ ਪੂਰੇ ਹੋਣ ਤੇ ਲਾਭਪਾਤਰੀਆਂ ਨੂੰ ਵਧਾਈ ਦਿੱਤੀ ਹੈ ਮੋਦੀ ਨੇ ਯੋਜਨਾ ਦੀ ਸਫਲਤਾ 'ਚ ਯੋਗਦਾਨ ਦੇਣ ਵਾਲਿਆਂ ਦੀ ਛਲਾਗਾ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਸ਼ਕਤ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਯਤਨ ਹੈ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਵਿੱਤੀ ਮੁਕਤਾਰਾ ਬਿਚ ਲਿਆਂਦਾ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਵਿੱਦਿ ਅਰਥ ਵਿਵਸਥਾ ਵਿੱਚ ਹਰ ਭਾਰਤੀ ਦਾ ਵਾਜਿਬ ਸਥਾਨ ਹੈ ਕੇਂਦਰੀ ਖਜ਼ਾਨਾ ਮੰਤਰੀ ਨਰਮੁਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨਤਨ ਯੋਜਨਾ ਨੇ ਪਿਛਲੇ 9 ਸਾਲਾਂ 'ਚ ਦੇਸ਼ ਅੰਦਰ ਵਿੱਤੀ ਸਮਾਵੇਸ਼ ਵਿੱਚ ਕ੍ਰਾਂਤੀ ਲਿਆਂਦੀ ਹੈ ਜਨਤਨ ਯੋਜਨਾ ਦੇ 9 ਸਾਲ ਪੂਰੇ ਹੋਣ ਮੌਕੇ ਨਰਮੁਲਾ ਸੀਤਾਰਮਨ ਨੇ ਕਿਹਾ ਹੈ ਕਿ ਖੁਸ਼ੀ ਦੀ ਗੱਲ ਹੈ ਕਿ ਜਨਤਨ ਦੀ ਸ਼ੁਰੂਆਤ ਰਾਹੀਂ 50 ਕਰੋੜ ਲੋਕਾਂ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀ ਅਗਵਾਈ ਹੇਠ ਯੋਜਨਾ 28 ਅਗਸਤ 2014 ਨੂੰ ਸ਼ੁਰੂ ਕੀਤੀ ਗਈ ਸੀ। ਇਹਨਾਂ 9 ਸਾਲਾਂ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਦੇ ਜ਼ੀਰੋ ਬੈਲੈਂਸ ਖਾਤੇ ਖੋਲੇ ਗਏ ਤੇ ਉਹਨਾਂ ਨੂੰ ਬੈਂਕਿੰਗ ਪ੍ਰਣਾਲੀ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਗਿਆ। ਵਿੱਤ ਮੰਤਰਾਲੇ ਮੁਤਾਬਕ ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 50 ਕਰੋੜ ਤੋਂ ਵੱਧ ਨਵੇਂ ਬੈਂਕ ਖਾਤੇ ਖੋਲੇ ਗਏ ਨੇ ਇਹਨਾਂ ਖਾਤਿਆਂ 'ਚ ਲਗਭਗ 55 ਫੀਸਦੀ ਖਾਤਾ ਤਾਰਕ ਮਹਿਲਾਵਾਂ ਨੇ ਤੇ ਤਕਰੀਬਨ 67 ਫੀਸਦੀ ਖਾਤੇ ਪਿੰਡੂ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਖੋਲੇ ਗਏ ਨੇ ਇਸ ਯੋਜਨਾ ਦੇ ਤਹਿਤ ਖੋਲੇ ਗਏ ਖਾਤਿਆਂ 'ਚ ਕੁੱਲ ਜਮ੍ਹਾਂ ਰਕਮ 2 ਲੱਖ 3000 ਕਰੋੜ ਰੁਪਏ ਤੋਂ ਵੱਧ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਦੋਹਾਂ ਨੇਤਾਵਾਂ ਨੇ ਦੁਵੱਲੇ ਸਹਿਯੋਗ ਨਾਲ ਸੰਬੰਧਿਤ ਮੁੱਦਿਆਂ ਤੇ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਉਹਨਾਂ ਸਾਂਝੇ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਸਾਂਝੇ ਕੀਤੇ ਇਸ ਤੋਂ ਇਲਾਵਾ ਜੋਹਾਨਸਬਰਗ ਵਿੱਚ ਬ੍ਰਿਕਸ ਸਿਖਰ ਸੰਮੇਲਨ ਤੇ ਵੀ ਚਰਚਾ ਕੀਤੀ ਗਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਤੋਂ ਅਸਮਰੱਥਾ ਜਤਾਈ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਬੈਠਕ 'ਚ ਰੂਸ ਦੀ ਨੁਮਾਇੰਦਗੀ ਕਰਨਗੇ ਪ੍ਰਧਾਨ ਮੰਤਰੀ ਮੋਦੀ ਨੇ G20 ਦੀਆਂ ਸਾਰੀਆਂ ਪਹਿਲ ਕਦਮੀਆਂ 'ਚ ਰੂਸ ਦੇ ਲਗਾਤਾਰ ਸਹਿਯੋਗ ਲਈ ਤਨਮਤ ਕੀਤਾ ਦੋਹਾਂ ਨੇਤਾਵਾਂ ਨੇ ਲਗਾਤਾਰ ਸੰਪਰਕ ਵਿੱਚ ਰਹਿੰਦੇ ਸਹਿਮਤੀ ਜਤਾਈ ਭਾਰਤ ਦੇ ਜੀ20 ਸ਼ਿਰਪਾ ਅਮਿਤਆਬ ਗਾਂਧ ਨੇ ਕਿਹਾ ਕਿ ਖੇਤੀਜ ਟੈਕਨੋਲੋਜੀ ਅਤੇ ਕਿਫਾਇਤੀ ਡਿਜੀਟਲ ਸੇਵਾਵਾਂ ਦੇ ਰਲੇਵੇਂ ਨਾਲ ਬਹੁਤ ਵੱਡਾ ਫਤਲਾ ਆਇਆ ਹੈ। ਉਹਨਾਂ ਨੇ ਕਿਹਾ ਕਿ ਉੱਭਰਦੀ ਖੇਤੀ ਤਕਨੀਕ ਦੇ ਨਾਲ ਛੋਟੇ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਨਾਲ ਉਤਪਾਦਨ, ਉਤਪਾਦਕਤਾ ਤੇ ਗੁਣਵੱਤਾ 'ਚ ਵਾਧਾ ਹੋਵੇਗਾ। ਅਮਿਤਆਬ ਗਾਂਧ ਕੱਲ ਨਵੀਂ ਦਿੱਲੀ 'ਚ ਜੀ20 ਇੰਡੀਆ ਖੇਤੀ ਤਕਨੀਕ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਦਰ G20 ਦੇ ਮੁੱਖ ਵਿਗਿਆਨ ਬਾਰੇ ਸਲਾਹਕਾਰਾਂ ਦੀ ਦੂਜੀ ਗੋਲ ਮੇਜ਼ ਮੀਟਿੰਗ ਕੱਲ ਦਸਤਾਵੇਜ਼ ਅਤੇ ਮੀਟਿੰਗ ਦਾ ਸਾਰੰਸ਼ ਜਾਰੀ ਕਰਨ ਤੋਂ ਬਾਅਦ ਸਮਾਪਤ ਹੋ ਗਈ ਮੁੱਖ ਵਿਗਿਆਨੀ ਸਲਾਹਕਾਰ ਅਜੀਤ ਕੁਮਾਰ ਸੂਦ ਨੇ ਕਿਹਾ ਕਿ G20 ਦੇ ਸਾਰੇ ਦੇਸ਼ਾਂ ਨੇ ਬਿਮਾਰੀਆਂ ਦੀ ਰੋਕਥਾਮ ਅਤੇ ਆਲਮੀ ਮਹਾਮਾਰੀ ਨਾਲ ਨਿਪਟਣ ਲਈ ਬਿਹਤਰ ਢੰਗ ਨਾਲ ਤਿਆਰੀ ਕਰਨ ਲਈ ਇੱਕ ਹੈਲਥ ਅਤੇ ਐਕਟਿਵ ਗਲੋਬਲ ਸਾਇੰਸ ਐਡਵਾਈਜ਼ਰੀ ਸਿਸਟਮ ਬਣਾਉਣ ਲਈ ਮੌਕਿਆਂ ਦੀ ਵਰਤੋਂ ਕਰਨ ਲਈ ਮਿਲ ਕੇ ਕੰਮ ਕਰਨ ਤੇ ਸਹਿਮਤੀ ਜਤਾਈ ਲੋਹਾ ਤੇ ਸਟੀਲ ਉਦਯੋਗ ਵਿੱਚ ਵਸਤੂਆਂ ਤੇ ਸੇਵਾਵਾਂ 'ਕਰ' GST ਦੀ ਚੋਰੀ ਦਾ ਪਤਾ ਲਗਾਉਣ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਰ ਵਿਭਾਗ ਦੇ ਮੋਬਾਈਲ ਵਿੰਗ ਵੱਲੋਂ ਮੰਡੀ ਗੁਬਨਗੜ੍ਹ ਵਿੱਚ ਅਚਨਚੇਤ ਕਾਰਵਾਈ ਦੌਰਾਨ 12 ਪੱਟੀਆਂ ਦੀ ਜਾਂਚ ਕੀਤੀ ਗਈ ਅਤੇ 60 ਵਾਹਨ ਜ਼ਬਤ ਕੀਤੇ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਪੰਜਾਬ ਦੇ ਆਪਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਜੀਮਾ ਨੇ ਦੱਸਿਆ ਕਿ ਇਹ ਕਾਰਵਾਈ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟ ਯੂਨਿਟ ਰੂਪੜ ਪਟਿਆਲਾ ਸ਼ੰਭੂ ਅਤੇ ਜਲੰਧਰ ਦੇ ਮੋਬਾਈਲ ਵਿੰਗ ਵੱਲੋਂ ਕੀਤੀ ਗਈ ਉਨ੍ਹਾਂ ਕਿਹਾ ਕਿ 6 ਪੇਮਾਰੀ ਲੋਹੇ ਦੇ ਕਬਾੜ ਤੇ ਤਿਆਰ ਮਾਲ ਨੂੰ ਲਿਜਾਣ ਵਾਲੇ ਵਾਹਨਾਂ ਦੀ ਜਾਂਚ ਕਰਨ ਤੇ ਕੇਂਦਰਿਤ ਸੀ ਅਤੇ ਜ਼ਬਤ ਕੀਤੇ ਗਏ ਜ਼ਿਆਦਾਤਰ ਵਾਹਨਾਂ ਛਟੂਆ ਟੁਆਈ ਦੌਰਾਨ ਈ-ਵੇ ਬਿੱਲਾਂ ਦੀ ਘਾਟ ਸੀ ਹੋਰ ਖੁਲਾਸਾ ਕਰਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗੇ ਕਿ ਢੋਏ ਜਾ ਰਹੇ ਸਮਾਨ ਲਈ ਸਬੰਧਤ ਵਿਕਰੇਤਾ ਵੱਲੋਂ ਲੋੜੀਂਦੇ ਕਰ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਇਹਨਾਂ ਮਾਲਾਂ ਨੂੰ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ NCERT ਨੇ ਇਸ ਸਾਲ ਤੋਂ 7ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਰਾਸ਼ਟਰੀ ਜੰਗੀ ਯਾਦਗਾਰ ਬਾਰੇ ਇੱਕ ਅਧਿਆਇ ਸ਼ਾਮਲ ਕੀਤਾ ਹੈ ਸਾਡੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦੇ ਨਾਅ ਹਿੱਟ ਸ਼ਾਮਲ ਕੀਤੇ ਗਏ ਅਧਿਆਇ ਦਾ ਉਦੇਸ਼ ਸਕੂਲੀ ਬੱਚਿਆਂ 'ਚ ਦੇਸ਼ ਭਗਤੀ ਫਰਜ਼ਾਂ ਪ੍ਰਤੀ ਸਮਰਪਣ ਹਿੰਮਤ ਅਤੇ ਕੁਰਬਾਨੀ ਦੀਆਂ ਕਦਰਾਂ ਕੀਮਤਾਂ ਨੂੰ ਪੈਦਾ ਕਰਨਾ ਹੈ ਤੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ ਇਹ ਪਹਿਲ ਕਦਮੀ ਵਿੱੱਖਿਆ ਮੰਤਰਾਲੇ ਤੇ ਸਿੱਖਿਆ ਮੰਤਰਾਲਾ ਸਾਂਝ ਦੁਆਰਾ ਸਾਂਝੇ ਤੌਰ ਤੇ ਕੀਤੀ ਗਈ ਯਾਦਗਾਰ ਦੇ ਇਤਿਹਾਸ ਮਹੱਤਵ ਅਤੇ ਸੰਕਲਪ ਨੂੰ ਉਜਾਗਰ ਕਰਨ ਦੇ ਨਾਲ-ਨਾਲ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਆਜ਼ਾਦੀ ਲਈ ਧੰਨਵਾਦੀਆਂ ਭਾਵਨਾਵਾਂ ਸਾਂਝੀਆਂ ਕਰਦਾ ਹੈ। ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜੁਗਤਾਰ ਸਿੰਘ ਦਾ ਕੱਲ ਅੰਮ੍ਰਿਤਸਰ ਵਿਜ ਧਾਰਮਿਕ ਰਸਮਾਨਾਲ ਸਿੰਘ ਸੇਵਾੰਤੇ ਪੰਥਕ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਮਹਿੰਦਰ ਸਿੰਘ ਨੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਦਰਬਾਰ ਸੇਭ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸੇਭ ਗਿਆਨੀ ਜਗਤਾਰ ਸਿੰਘ ਦੇ ਦੇਹਾਂਤ ਤੇ ਡੂੰਗੀ ਹਮਦਰਦੀ ਪ੍ਰਗਟਾਈ ਹੈ। ਦੇਸ਼ ਪਾਰਚਾ ਜ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿਹਾੜਾ ਹਾਕੀ ਦੇ ਜਾਦੂਗਰ ਮੇਜਰ ਧਿਆਨचंद ਦੀ ਯਾਦ ਵਿੱਚ ਹਰ ਸਾਲ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਹਾਕੀ ਦਾ ਨਾਂ ਸੁਣਦੇ ਹੀ ਧਿਆਨ ਵਿੱਚ ਮੇਜਰ ਧਿਆਨचंद ਦੀ 6 ਅਕਤੂਬਰ ਦੀ ਹੈ ਫੁੱਟਬਾਲ ਵਿੱਚ ਪੇਲੇ ਤੇ ਕ੍ਰਿਕਟ ਵਿੱਚ ਜਿਹੜੀ ਜਗ੍ਹਾ ਬ੍ਰੈਡਮੈਨ ਦੀ ਹੈ ਉਹੀ ਸਥਾਨ ਹਾਕੀ 'ਚ ਮੇਜਰ ਧਿਆਨचंद ਦਾ ਹੈ ਹਾਕੀ ਦਾ ਜਾਦੂਗਰ ਵਜੋਂ ਜਾਣੇ ਜਾਂਦੇ ਮੇਜਰ ਧਿਆਨचंद ਨੇ ਭਾਰਤ ਨੂੰ 1928, 1932 ਤੇ 1936 ਵਿੱਚ ਲਗਾਤਾਰ 올림픽 ਵਿੱਚ ਸੋਨ ਤਮਗੇ ਦਿਵਾਏ ਸਨ ਰਾਸ਼ਟਰੀ ਖੇਡ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਦੇਸ਼ ਲਈ ਖਿਡਾਰੀਆਂ ਵੱਲੋਂ ਪਾਈ ਯੋਗਦਾਨ ਤੇ ਮਾਣ ਹੈ ਉਹਨਾਂ ਨੇ ਹਾਕੀ ਦੇ ਮਹਾਨ ਖਿਡਾਰੀ ਮੇਜਰ ਤੇ ਅੰਜੰਧੂ ਉਹਨਾਂ ਦੇ ਜਨਮ ਦਿਨ ਤੇ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਕੇਂਦਰੀ ਜੁਵਾ ਮਾਮਲੇ ਤੇ ਖੇਡ ਮੰਤਰੀ ਅਨੁਰಾಗ್ ਸਿੰਘ ਠਾਕੁਰ ਨੇ ਭਾਰਤੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸਾਰੇ ਖਿਡਾਰੀਆਂ ਕੋਚਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਉਦਰ ਕੇਂਦਰੀ ਮੰਤਰੀ ਰਾਜਿੰਗ ਠਾਕੁਰਾਜ ਨਮੀ ਦਿੱਲੀ ਵਿਕੇਕ ਸਮਾਗਮ ਦੌਰਾਨ ਪਾਰਤੀ ਖੇਡਾਂ 'ਚ ਅਹਿਮ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਮਾਨਦੇ ਸਲਾਲਾ ਵਿੱਚ ਟੂਰਨਾਮੈਂਟ ਦੇ ਫਾਈਨਲ 'ਚ ਥਾਈਲੈਂਡ ਨੂੰ 7-2 ਨਾਲ ਹਰਾ ਕੇ ਮਹਿਲਾ ਏਸ਼ੀਆਈ ਹਾਕੀ 5S ਵਿਸ਼ਵ ਕੱਪ ਕੁਆਲੀਫਾਇਰ ਜਿੱਤ ਲਿਆ। ਭਾਰਤਲੀ ਮਾਰਿਆਨਾ ਕੋਜੂਰ ਨੇ ਦੂਜੇ ਅਤੇ 8ਵੇਂ ਮਿੰਟ ਵਿੱਚ ਦੋ ਗੋਲ ਕੀਤੇ। 7ਵੇਂ ਮਿੰਟ 'ਚ ਦੀਪੀ ਮੋਨੀਕਾ ਟੋਪਿਓ 10ਵੇਂ ਅਤੇ 27ਵੇਂ ਮਿੰਟ 'ਚ ਜਿਉਤੀ, 23ਵੇਂ ਮਿੰਟ 'ਚ ਕਪਤਾਨ ਨਵਜੂਦ ਕੌਰ ਅਤੇ 29ਵੇਂ ਮਿੰਟ 'ਚ ਮਹਿਮਾ ਚੌਧਰੀ ਨੇ ਗੋਲ打 ਕੇ ਇਸ ਤੋਂ ਪਹਿਲਾਂ ਪਹਿੜੀ ਮਹਿਲਾ ਟੀਮ ਨੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਮਲੇਸ਼ੀਆ ਨੂੰ 9-5 ਨਾਲ ਹਰਾਇਆ। ਕਪਤਾਨ ਨਵਜੂਦ ਕੌਰ ਨੇ ਹੈਟਟ੍ਰਿਕ ਬਣਾਈ ਕਿਉਂਕਿ ਭਾਰਤ ਨੇ ਟੂਰਨਾਮੈਂਟ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਸੈਮੀਫਾਈਨਲ 'ਚ ਜਿੱਤ ਦੇ ਨਾਲ ਭਾਰਤ ਅਗਲੇ ਸਾਲ ਹੋਣ ਵਾਲੇ ਮਹਿਲਾ ਹਾਕੀ 5S ਵਿਸ਼ਵ ਕਾਪਲੀ ਕੁਆਲੀਫਾਈ ਕਰਨ ਵਾਲੀ ਮੇਜ਼ਬਾਨ ਟੀਮ ਓਮਾਨ ਤੋਂ ਬਾਅਦ ਦੂਜੀ ਏਸ਼ੀਆਈ ਟੀਮ ਬਣ ਗਈ ਹੈ। ਹਾਕੀ 5 ਐਸ ਦੇ ਵਿਸ਼ਵ ਕੱਪ ਦਾ ਉਦਘਾਟਨ ਅਗਲੇ ਸਾਲ 24 ਤੋਂ 27 ਜਨਵਰੀ ਤੱਕ ਮਸਕਟ ਵਿੱਚ ਹੋਵੇਗਾ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆਰਨ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਬੁਲੇਟਿਨ ਦੇ ਅਖੀਰ ਵਿੱਚ ਜੋੜਨੀਆਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਨ ਯੋਜਨਾ ਦੀ ਸਫਲਤਾ 'ਚ ਯੋਗਦਾਨ ਦੇਣ ਵਾਲਿਆਂ ਦੀ ਕੀਤੀ ਸ਼ਲਾਘਾ ਖੇਤੀ ਵਿੱਚ ਟੈਕਨੋਲੋਜੀ ਤੇ ਕਿਫਾਇਤੀ ਡਿਜੀਟਲ ਸੇਵਾਵਾਂ ਦੇ ਰਲੇਮੇ ਨਾਲ ਆਇਆ ਵੱਡਾ ਬਦਲਾ ਪੰਜਾਬ ਸਰਕਾਰ ਵੱਲੋਂ ਮੰਡੀ ਗੁਬਿੰਦਗੜ੍ਹ ਵਿੱਚ GST ਦੀ ਚੋਰੀ ਦੇ ਮਾਮਲੇ 'ਚ 60 ਵਾਹਨ ਜ਼ਬਤ ਹੋ ਕੀਤੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਦੀ ਯਾਦ ਵਿੱਚ ਅੱਜ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਨ ਆਲੀ ਖਬਰਾਂ ਦਾ ਬਲਟਨ ਖਤਮ ਹੁੰਦੇ ਇਜਾਜ਼ਤ ਦਿਓ ਨਮਸਕਾਰ